ਵਾਹਿਗੁਰੂ ਗੁਰੂ ਰੂਪ ਸਾਧ ਸੰਗਤ ਨੌਜਵਾਨ ਵੀਰਾਂ ਦਾ ਬੱਚਿਆਂ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਔਰ ਇਸ ਉਪਰਾਲੇ ਨੂੰ ਆਪਾਂ ਸਭ ਨੇ ਮਿਲ ਕੇ ਕਾਮਯਾਬ ਕਰਨਾ ਦੁਨੀਆਂ ਦੇ ਵਿੱਚ ਗੁਰੂ ਪਿਆਰਿਓ ਗਲਤ ਪਾਸੇ ਲਿਜਾਣ ਵਾਲੇ ਲੋਕ ਬਹੁਤ ਨੇ ਗੁਰੂ ਵਾਲੇ ਪਾਸੇ ਲੈ ਕੇ ਜਾਣ ਵਾਲਾ ਬਹੁਤ ਕੋਈ ਘੱਟ ਹੈ ਤਾਂ ਨੌਜਵਾਨ ਵੀਰਾਂ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਆਪਾਂ ਸਾਰੇ ਗੁਰੂ ਪਿਆਰਿਓ ਵਾਹਿਗੁਰੂ ਸ਼ਬਦ ਦੀ ਗੂੰਜ ਪਾ ਕੇ ਨਾ ਅਕਬਰ ਗੱਜੀਏ ਜਰਾ ਸਾਰੇ ਸੰਗਤ ਵਾਹਿਗੁਰੂ 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 ਆਵਾਜ਼ ਜਰਾ ਘੱਟ ਆ ਰਹੀ ਹੈ ਸ਼ੇਰ ਤਾਂ ਇਕੱਲਾ ਹੀ ਬੜਾ ਹੁੰਦਾ ਹੈ ਜੰਗਲ 'ਚ ਜਦੋਂ ਸ਼ੇਰ ਗੱਜਦਾ ਨਾ ਉਹਦੀ ਗਿਣਤੀ ਭਾਵੇਂ ਬਹੁਤ ਘੱਟ ਹੈ ਪੂਰੀ ਦੁਨੀਆਂ 'ਚ ਸ਼ੇਰਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਉਹਦੀ ਬਾਦਸ਼ਾਹਤ ਅੱਜ ਵੀ ਕਾਇਮ ਹੈ ਔਰ ਕਾਇਮ ਰਹੇਗੀ ਤਾਂ ਗੁਰੂ ਪਿਆਰੇ ਹੋ ਆਓ ਕਲਗੀ ਧਰ ਦੇ ਥਾਪੇ ਹੋਏ ਸ਼ੇਰ ਆਪਾਂ ਤੇ ਸ਼ੇਰ ਵਾਂਗ ਗੱਜੀ ਇੱਕ ਵਾਰ ਫੇਰ ਵਾਹਿਗੁਰੂ 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 ਆਓ ਗੁਰੂ ਪਿਆਰੇ ਸਭ ਤੋਂ ਪਹਿਲਾਂ ਸਾਹਿਬਾਂ ਦੀ ਫਤਿਹ ਕਜਾਈਏ ਜੀ ਮਿਲ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਸਾਰੀ ਸੰਗਤ ਮਿਲ ਜੁੜ ਜਰਾ ਬਾਬੇ ਨਾਨਕ ਦਾ 550 ਸਾਲ ਆਪਾਂ ਪੁਰਬ ਮਨਾਉਣਾ ਹੈ ਤਿਆਰੀਆਂ ਉਹਦੀਆਂ ਜਾਰੀ ਨੇ ਗੁਰੂ ਪਿਆਰੇ ਕੋਈ ਰਸਨਾ ਵਾਂਝੀ ਨਾ ਰਹੇ ਜੀ ਬਾਬੇ ਨਾਨਕ ਦਾ ਬਖਸ਼ਿਆ ਗੁਰਮੰਤਰ ਆਪਾਂ ਜਰਾ ਸਾਰੇ ਉਚਾਰਨ ਕਰੀਏ ਕੋਈ ਰਸਨਾ ਵਾਂਝੀ ਨਾ ਰਹੇ ਜੀ ਇੱਕ ਮਨ ਇੱਕ ਚਿੱਤ ਹੋ ਕੇ ਸਾਰੀ ਸੰਗਤ
ਵਿਸਾਖੀ ਦਾ ਦਿਹਾੜਾ ਵੀ ਨਾਲ ਆਪਾਂ ਮਨਾਉਣਾ ਗੁਰੂ ਪਿਆਰਿਓ। ਵਿਸਾਖੀ ਦੇ ਦਿਹਾੜੇ ਤੇ ਜਦੋਂ ਪਾਤਸ਼ਾਹ ਨੇ ਮੰਗ ਕੀਤੀ ਸੀ ਨਾ ਸੀਸ ਚਾਹੀਦਾ, ਪੰਜ ਸੀਸ ਮੰਗੇ, ਪੰਜੇ ਹੀ ਹਾਜ਼ਰ। ਤੇ ਗੁਰੂ ਪਿਆਰਿਓ ਕਿਹੜਾ ਰੰਗ ਸੀ ਉਹਨਾਂ ਗੁਰੂ ਕੇ ਲਾਲਾਂ ਦੇ ਉੱਤੇ, ਉਸ ਰੰਗ ਦੀ ਗੱਲ ਆਪਾਂ ਕਰੀਏ। ਹਰ ਰੰਗ ਆਓ ਗੁਰੂ ਪਿਆਰਿਓ, ਉਸ ਰੰਗ ਨੂੰ ਸਾਰੀ ਸੰਗਤ ਜਰਾ ਮਾਣੀਏ ਵੀ ਕਿਹੜਾ ਰੰਗ ਸੀ। ਮਰਨਾ ਬੜਾ ਔਖਾ, ਮੇਰੇ ਵਰਗੇ ਨੂੰ ਕਹਿ ਦਈਏ ਨਾ ਵੀ ਅੱਗੇ ਜਾ ਕੇ ਮਰਨਾ ਹੈ, ਪਿੱਛੇ ਨੂੰ ਭੱਜੀ ਦਾ। ਲਓ ਗੁਰੂ ਪਿਆਰਿਓ, ਗੁਰੂ ਕੇ ਪੰਜ ਲਾਲ ਪੰਜ ਪਿਆਰੇ ਵਿਸਾਖੀ ਵਾਲੇ ਦਿਨ ਆਪਣਾ ਸੀਸ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਪਿਤ ਕਰ ਗਏ। ਕਿਸ ਰੰਗ ਦੇ ਵਿੱਚ ਰੰਗੇ ਸਨ, ਆਓ ਉਸ ਰੰਗ ਨੂੰ ਸਾਰੇ ਮਿਲ ਕੇ ਗਾਇਨ ਕਰੀਏ ਜੀ। ਕੋਈ ਰਸਨਾਵਾਂ ਜੀ ਨਾ ਰਹੇ ਜੀ। ਹਰ ਰੰਗ ਨਾ ਲਹੇ ਮਜੀਠਾ, ਹਰ ਰੰਗ ਨਾ ਲਹੇ ਮਜੀਠਾ, ਹਰ ਰੰਗ ਨਾ ਲਹੇ ਮਜੀਠਾ, ਲਹੇ ਮਜੀਠਾ, ਰੰਗ ਨਾ ਲਹਿ 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 ਮਜੀਠਾ। ਚਲੋਲ ਪਏ ਹੈ ਬਹੁ ਨਾਨਕ ਰੰਗ ਚਲੋਲ,
नानक रंग चलो है वाहे गुरु हर रंग वाहे गुरु हर रंग वाहे गुरु हर
ਧੰਨ ਧੰਨ ਬਾਬਾ ਦੀਪ ਸਿੰਘ ਜੀ। ਹਰ ਰੰਗ ਚੜਿਆ ਸੀ ਨਾ, ਮੌਤ ਨੂੰ ਵੀ ਕਹਿ ਦਿੱਤਾ ਮੌਤ ਪਰੇ ਹੋ ਜਾ, ਐਵੇਂ ਕਿਤੇ ਮੇਰੇ ਰਸਤੇ 'ਚ ਨਾ ਆਈ, ਮੈਂ ਗੁਰੂ ਦਾ ਵਚਨ ਪੂਰਾ ਕਰਨ ਜਾ ਰਿਹਾ, ਪਰੇ ਹੋ ਜਾ ਰਸਤਾ ਛੱਡ ਦੇ ਮੇਰਾ। ਤੇ ਗੁਰੂ ਕਹਿ ਰਿਹਾ ਮੌਤ ਵੀ ਡਰ ਕੇ ਪਾਸੇ ਹੋ ਗਈ, ਪਤਾ ਨਾ ਵੀ ਗੁਰੂ ਕਾ ਲਾਲ ਆਪਣਾ ਕਾਰਜ ਪੂਰਾ ਕਰਨ ਜਾ ਰਿਹਾ, ਮੌਤ ਵੀ ਡਰ ਕੇ ਪਾਸੇ ਹੋ ਗਈ। ਤੇ ਉਹੀ ਰੰਗ ਹੈ ਚੜ੍ਹਦਾ ਕਿਵੇਂ ਹੈ, ਬਾਬਾ ਨਾਨਕ ਦੱਸਦੇ ਨੇ ਗੁਰੂ ਪਿਆਰੇ ਉਹ ਸਭ ਤੇ ਚੜ੍ਹੇਗਾ, ਚਪੀਏ ਸਾਰੇ ਹੱਥ ਰੰਗ ਹੱਥ ਰੰਗ ਹੱਥ ਰੰਗ ਹੱਥ ਰੰਗ ਹਰ ਰੰਗ ਹੱਥ ਰੰਗ ਹੱਥ ਰੰਗ ਹਰ ਰੰਗ ਹੱਥ ਰੰਗ ਜਿਹੜਾ ਜਪੇਗਾ ਨਾ ਉਹਦੇ ਆਪਣੇ ਸਰੀਰ ਤੋਂ ਵੀ ਆਪਣੇ ਪਰਿਵਾਰ ਤੋਂ ਵੀ ਘਰੋਂ ਵੀ ਦੁੱਖ ਦਲਿੰਦਰ ਸਭ ਭੱਜ ਲੈਣਗੇ। ਜਿਹੜਾ ਜਪੀਏ ਸਾਰੇ ਵਾਹਿਗੁਰੂ 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 ਵਾਹਿਗੁਰੂ। ਗੁਰੂ ਪਿਆਰਿਓ ਰੋਜ਼ ਇੱਕ ਨਵਾਂ ਸੂਰਜ ਚੜ੍ਹਦਾ, ਜਿਹੜਾ ਕੱਲ੍ਹ ਵਾਲਾ ਚੜ੍ਹਿਆ ਅੱਜ ਨਹੀਂ ਹੈ ਗੁਰੂ ਪਿਆਰਿਓ, ਅੱਜ ਨਵਾਂ ਦਿਨ, ਅੱਜ ਵਾਲਾ ਦਿਨ ਕਾਹਨੂੰ ਨਹੀਂ ਚੜ੍ਹਨਾ। ਤੇ ਹਰ ਰੋਜ਼ ਇੱਕ ਅੰਮ੍ਰਿਤ ਵੇਲਾ ਹੁੰਦਾ, ਹਰ ਰੋਜ਼ ਇੱਕ ਨਵਾਂ ਅੰਮ੍ਰਿਤ ਵੇਲਾ। ਸਾਹਿਬ ਮੇਰਾ ਨੀਤ ਨਵਾਂ, ਗੁਰੂ ਪਾਤਸ਼ਾਹ ਨਵੇਂ ਰੂਪ ਸਾਨੂੰ ਦਰਸ਼ਨ ਬਖਸ਼ਦੇ ਨੇ। ਤੇ ਹਰ ਰੋਜ਼ ਗੁਰੂ ਪਿਆਰਿਓ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਨੇਮ ਕਰਕੇ ਜੇ ਆਪਾਂ ਇਕਾਂਚ ਬੈਠ ਕੇ ਜਪੀਏ ਨਾ, ਵਾਹਿਗੁਰੂ 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 ਗੁਰੂ ਕਹਿ ਰਹੇ ਹੋ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਾਂ ਆ ਜਾਣਗੀਆਂ। ਪ੍ਰੈਕਟੀਕਲੀ ਹੈ, ਚੈਲੇਂਜ ਹੈ, ਕੇਵਲ ਗੱਲਾਂ ਨਹੀਂ, ਚੈਲੇਂਜ। ਆਓ ਅਰਦਾਸ ਕਰੀਏ ਸਾਰੀ ਸੰਗਤ, ਗੁਰੂ ਪਾਤਸ਼ਾਹ ਦਇਆ ਕਰਨ, ਬਖਸ਼ਿਸ਼ ਕਰਨ, ਸਾਡੇ ਤੇ ਮਿਹਰ ਕਰਨ, ਉਹ ਰੰਗ ਸਾਨੂੰ ਵੀ ਬਖਸ਼ਣ। ਆਓ ਕਰੀਏ ਅਰਦਾਸ, ਕੋਈ ਰਸਨਾ ਵਾਂਝੀ ਨਾ ਰਹੇ। ਸਤਿਗੁਰ ਦਇਆ ਕਰੇ ਦਇਆ ਕਰੇ ਸੁਖ ਤਤਾ, ਜੀ ਸਤਿਗੁਰ ਦਇਆ ਕਰੇ ਦਇਆ ਕਰੇ ਸੁਖ ਤਤਾ, ਲਾਵੇ ਆਪਨ ਪਾਲੀ ਹਮ ਲਾਵੇ ਆਪਨ ਪਾਲੀ। ਗੁਰੂ ਪਿਆਰੇ ਹੋ ਮਿਲ ਕੇ ਅਰਦਾਸ ਕਰਾਂਗੇ ਨਾ, ਉਹ ਬਖਸ਼ਿਸ਼ ਗੁਰੂ ਸਾਡੇ ਤੇ ਵੀ ਕਰਨਗੇ। ਸਾਰੀ ਸੰਗਤ ਕੋਈ ਰਸਤਾ ਵਾਂਝੀ ਨਾ ਰਹੇ ਜੀ, ਸਾਰੇ ਮਿਲ ਕੇ ਹਮ ਲਾਵੇ ਆਪਨ ਪਾਲੀ ਹਮ ਲਾਵੇ ਆਪਨ ਪਾਲ ਹਮ ਲਵ ਆਪਣ ਪਾਲ ਹਮ ਲਵ ਆਪਣ
ठाकुर दया करे, दया करे सुख दाता। ठाकुर दया करे, दया करे सुख दाता। हम लवे आपन पाली, हम लवे आपन पाली, हम लवे आपन पाली, हम लवे आपन बिखराते क्यों चले पूरी चाली। हम अंदर अंदर बिखे बिखराते क्यों चले पूरी चाली। कुर्सिक मित्र चलो पूरी चाली, मित्र चलो पूरी चाली, कुर्सिक मित्र चलो पूरी चाली, वो मित्र चलो सोई पल मानो हर हर कथा निराली। जो गुरु कहे सोई पल मानो हर हर कथा निराली, वो हर हर कथा निराली, हर हर कथा निराली। सतगुरु दया करे, दया करे सुख दाता। सतगुरु दया करे, दया करे सुख दाता। हम लवे आपन पाली, हम लवे आपन पाली, हम लवे आपन पाली, हम लवे आपन पाली। हर के संत सुनो जन पाई, और सेव हो बेत बेकाली। हर के संत सुनो जन पाई, और सेव हो बेत बेकाली, और सेव हो ये नाम हमारे पूजा देव, नाम हमारे गुरु की सर, नाम हमारे पूजा देव, नाम हमारे गुरु की देव, नाम हमारे गुरु की से, नाम हमारी पूजा देव, नाम हमारे गुरु की से, और नाम हमारे गुरु की से, 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 एक गुरु की से ਮਨੀ ਸਿੰਘ ਜੀ ਦੇ ਜਦੋਂ ਬੰਦ ਬੰਦ ਕੱਟਣ ਲੱਗੇ ਸੀ ਨਾ, ਗੁਰੂ ਦੀ ਸੇਵਾ ਤੱਕ ਬੈਠੇ ਬੰਦ ਬੰਦ ਕੱਟਣ ਲੱਗੇ, ਆਪਾਂ ਵੀ ਗੁਰੂ ਦੀ ਸੇਵਾ 'ਚ ਬੈਠੇ ਹਾਂ ਗੁਰੂ ਪਿਆਰਿਓ, ਸੰਗਤ 'ਚ ਬੈਠੇ ਕੁਛ ਪੁਰਾਣੀ ਮੋਬਾਈਲ ਸੁਣ ਰਹੇ ਨੇ। ਮੈਂ ਬੇਨਤੀ ਕਰਦੇ ਹਾਂ ਜ਼ਰਾ ਇਹ ਯੰਤਰ ਬੰਦ ਕਰ ਦਈਏ, ਇੱਥੇ ਆਪਾਂ ਉਹ ਰਿੰਗਟੋਨ ਵਜਾਉਣੀ ਹੈ ਜੋ ਬਾਬਾ ਨਾਨਕ ਦੇ ਚਰਨਾਂ 'ਚ ਵੱਜੇ ਸਿੱਧੀ ਜਾ ਕੇ।
ਤੇ ਬਾਬਾ ਨਾਨਕ ਦੇ ਚਰਨਾਂ ਚ ਜਦੋਂ ਵੀ ਰਿੰਗ ਟੋਨ ਵਜਾਈਏ ਕਿਹੜੇ ਵਾਲੀ ਵਾਹਿਗੁਰੂ 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 ਤੇ ਗੁਰੂ ਪਿਆਰਿਓ ਬਾਬਾ ਨਾਨਕ ਜਵਾਬ ਦਿੰਦੇ ਨੇ ਅੱਗੋਂ ਕਦੇ ਇਹ ਜਵਾਬ ਨਹੀਂ ਆਉਂਦਾ ਕਿ ਡਾਇਲ ਕਿਆ ਹੋਇਆ ਨੰਬਰ ਬਿਜ਼ੀ ਹੈ ਕਦੇ ਨਹੀਂ ਆਉਂਦਾ ਐਸਾ ਜਵਾਬ ਭਾਈ ਮਨੀ ਸਿੰਘ ਜੀ ਜਦੋਂ ਬੰਦ ਬੰਦ ਕੱਟਣ ਲੱਗੇ ਨਾ ਭਾਈ ਮਨੀ ਸਿੰਘ ਜਲਾਦ ਨੂੰ ਕਹਿੰਦੇ ਖੜ ਜਾ ਭਾਈ ਜਰਾ ਜਲਾਦ ਖੁਸ਼ ਹੋ ਗਿਆ ਵੀ ਸ਼ਾਇਦ ਡਰ ਗਏ ਕਹਿਣਗੇ ਮੈਨੂੰ ਛੱਡ ਦਿਓ ਮਾਫ਼ ਕਰ ਦਿਓ ਭਾਈ ਕਹਿੰਦੇ ਲੱਡੂ ਲਿਆਓ ਭਾਈ ਜਰਾ ਮਿੱਠਾ ਜਲਾਦ ਨੂੰ ਕਹਿੰਦੇ ਲੈ ਭਾਈ ਮੂੰਹ ਮਿੱਠਾ ਕਰ ਜਲਾਦ ਕਹਿੰਦੇ ਹੈਂਜੀ ਹਾਂ ਹਾਂ ਮੂੰਹ ਮਿੱਠਾ ਕਰ ਉਹ ਤੈਨੂੰ ਐਸਾ ਜਲਾਦ ਪਾਉਣਾ ਕਦੇ ਨਹੀਂ ਮਿਲਿਆ ਹੋਣਾ ਤੇ ਮੈਨੂੰ ਗੁਰੂ ਨੇ ਸੇਵਾ ਇੰਨੀ ਕਰੋੜਾਂ ਦੁਨੀਆਂ ਤੁਰੀ ਫਿਰਦੀ ਹੈ ਉਹ ਗੁਰੂ ਪਾਤਸ਼ਾਹ ਨੇ ਮੈਨੂੰ ਚੁਣ ਲਿਆ ਮੈਂ ਕਿੰਨਾ ਗੁਰੂ ਦਾ ਧੰਨਵਾਦ ਕਰਾਂ ਲਓ ਸਾਰੇ ਗੁਰੂ ਪਿਆਰੇ ਆਸ ਪਾਸ ਕਹਿਤਾ ਵੀ ਮਠਿਆਈ ਵੰਡੋ ਤੇ ਰੱਖਿਆ ਆਪਣਾ ਹੱਥ ਮੂਹਰੇ ਲੈ ਭਾਈ ਕਹਿੰਦੇ ਹੁਣ ਲੈ ਜਰਾ ਚਲਾ ਤੂੰ ਆਪਣਾ ਟੋਕਾ ਤੇ ਮੇਰੇ ਹੱਥ ਮੂਹਰੇ ਨੇ ਇੱਥੋਂ ਵੱਢਦੇ ਉੱਪਰ ਨੂੰ ਜਾਣਾ ਤੇ ਆਨੰਦ ਆਵੇ ਜਰਾ ਤੈਨੂੰ ਵੀ ਤੇ ਮੈਨੂੰ ਵੀ ਤੇ ਟੋਕੇ ਚੋਂ ਠੱਕ ਠੱਕ ਦੀ ਆਵਾਜ਼ ਨਾ ਆਵੇ ਪਤਾ ਕਿਹੜੀ ਆਵਾਜ਼ ਆਵੇ ਤੇ ਕਿਹੜੀ ਆਵਾਜ਼ ਆਈ ਗੁਰੂ ਪਿਆਰਿਓ ਪਤਾ ਕਿਹੜੀ ਆਪਾਂ ਸਾਰੇ ਵੀ ਇਸ ਸਮੇਂ ਡਿਊਟੀ ਤੇ ਬੈਠੇ ਹਾਂ ਗੁਰੂ ਦੀ ਸੇਵਾ ਤੇ ਆ ਨਿਭਾਈ ਹੈ ਬਾਖੂਬੀ ਸੇਵਾ ਕੀਰਤਨ ਸੁਣਨ ਦੀ ਸੇਵਾ ਲੱਗੀ ਕੀਰਤਨ ਕਰਨ ਦੀ ਸੇਵਾ ਲੱਗੀ ਹੈ ਬਾਖੂਬੀ ਸਾਰੀ ਸੰਗਤ ਗੁਰੂ ਪਿਆ ਕਿਵੇਂ ਸੇਵਾ ਲੱਗੀ ਹੈ ਲੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਾਰੀ ਸੰਗਤ ਸੰਤ ਸੁਣੋ ਜਨ ਪਾਈ ਹੋ ਸੇਵਿਓ ਪੇਟ ਬੇਕਾਲੀ ਹਰ ਕੇ ਸੰਤ ਸੁਣੋ ਜਨ ਪਾਈ ਹੋ ਸੇਵਿਓ ਪੇਟ ਬੇਕਾਲੀ ਉਹ ਸਤਿਗੁਰ ਸੇਵ ਕਰ ਰਚ ਹਰ ਪਾਂਦੋ ਹੱਥ ਜਾਨੋ ਅੱਜ ਬੇਕਾਲੀ ਸਤਿਗੁਰ ਸੇਵ ਕਰ ਰਚ ਹਰ ਪਾਂਦੋ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮੇਰੇ ਅੱਖੇ ਨਿਕਲਾਲੀ ਜਿਨ ਹਰ ਜਪਿਆ ਹਰ ਚਪਨ ਚਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨਾਨਕ ਸੰਗਤ ਸਾਧ ਹਰ ਮੇਲੋ ਹਮ ਸਾ ਜਨਾ ਪਗਰਾਲੀ ਜਨਾਨਕ ਸੰਗਤ ਸਾਧ ਹਰ ਮੇਲੋ ਹਮ ਸਾ ਜਨਾ ਹਮ ਸਾਜਨਾ ਪਗਲਾ ਸਤਿਗੁਰ ਦਇਆ ਕਰੇ ਸੁਖ ਦਾਤਾ ਸਤਿਗੁਰ ਦਇਆ ਕਰੇ ਸੁਖ ਦਾਤਾ ਸਤਿਗੁਰ ਦਇਆ ਕਰੇ ਸੁਖ ਦਾਤਾ ਸਤਿਗੁਰ ਦਇਆ ਕਰੇ ਆਪਣ ਪਾਲੀ ਹਮ ਲਵੇ ਆਪਣ ਪਾਲੀ ਹਮ ਲਵੇ ਆਪਣ ਪਾਲੀ ਹਮ ਲਵੇ ਆਪਣ
चार मिनट दे विच एक पौड़ी पर के अपन ने समाप्ति कर देनी है। पंथ दा सत्कारी जत्था भाई साहब भाई अमनदीप सिंह जी आप जी दे दरम्यान पहुंच चुके ने, उन्होंने सेवा करनी गुरु प्यारे हो, आओ एक पौड़ी पर के ते नाल ही पंज जकारे ने गुंजा बनाल विच एक जा देनी है। इस शब्द दे विच ही फिर समाप्ति है सारी संगत गुरु प्यारे हो। ਵਿਸਾਖੀ ਦਾ ਦਿਹਾੜਾ ਆ ਰਿਹਾ, ਜਿੱਥੇ ਜਿੱਥੇ ਬਾਬਾ ਨਾਨਕ ਨੇ ਮਨ ਦੇ ਅੰਦਰ ਨਿਮਰਤਾ ਪਿਆਰ ਸਹਿਜਤਾ ਸਾਨੂੰ ਬਖਸ਼ੀ ਹੈ, ਨਾਲ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਪਿਆਰੇ ਹੋ ਅੰਦਰ ਜੋਸ਼ ਵੀ ਭਰਿਆ ਵੀ ਖਾਲਸਾ ਹਰ ਰੰਗ ਜਿਹੜਾ ਨਾ ਉਹ ਖਾਲਸੇ ਦੇ ਵਿੱਚ ਹੈ। ਨਿਮਰਤਾ ਲਓ ਤਾਂ ਇੰਨੀ ਨਿਮਰਤਾ ਜੇ ਘਰ ਕੋਈ ਆ ਗਿਆ ਨਾ ਵੀ ਸਾਡਾ ਪੰਥ ਖਤਰੇ 'ਚ ਹੈ ਸਾਡਾ ਧਰਮ ਖਤਰੇ 'ਚ ਹੈ ਉਹਦੀ ਝੋਲੀ ਆਪਣਾ ਸਿਰ ਵੀ ਪਾਲਤਾ। ਤੇ ਜਦੋਂ ਫਿਰ ਹੋਏ ਦੁਸ਼ਮਣ ਨਾਲ ਸਿੱਧੇ, ਫਿਰ ਦੁਸ਼ਮਣ ਬਹੁਤਾ ਸਿਰ ਨੂੰ ਚੜਿਆ ਸਿੱਧੇ ਹੋਏ ਤੇ ਕੱਲਾ ਕੱਲਾ ਸਿੰਘ ਫਿਰ ਸਵਾ ਸਵਾ ਲੱਖ ਦੇ ਉੱਤੇ ਚੜਾ ਦਿੱਤਾ, ਸਵਾ ਲੱਖ ਭੱਜ ਲਗਿਆ। ਪਿਆਰੇ ਆਓ ਸਾਰੀ ਸੰਗਤ, ਕੋਈ ਰਸਨਾ ਵਾਂਝੀ ਨਾ ਰਹਿ ਜੀ, ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ ਇਕਾ ਲਿਵਲਾਈ ਤੇ ਪੰਜ ਅਕਾਰਾਂ ਦੇ ਗੁੰਜਾਂ। ਗੁਰੂ ਪਿਆਰਿਓ ਤੇ ਢਾਡੀ ਵਾਰਾਂ ਵਾਂਗ ਆਪਾਂ ਇਸ ਸ਼ਬਦ ਨੂੰ ਪੌੜੀ ਨੂੰ ਗਾਇਨ ਕਰਨਾ। ਆਪ ਜੀ ਕਹੋਗੇ ਵੀ ਢਾਡੀ ਵਾਰਾਂ ਵਾਲੇ ਤਾਂ ਢੱਡ ਵਜਾਉਂਦੇ ਹੁੰਦੇ, ਢੱਡ ਵੀ ਤੁਸੀਂ ਢੱਡ ਕਿੱਥੋਂ ਵਜਾਓਗੇ, ਢੱਡ ਹੁੰਦੀ ਆ ਨਾ ਢਾਡੀਆਂ ਕੋਲੇ, ਤੁਸੀਂ ਢੱਡ ਕਿੱਥੋਂ ਵਜਾਓਗੇ। ਲਓ ਗੁਰੂ ਪਿਆਰਿਓ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਤਪਲੇ ਚੋਂ ਢੱਡ ਦੀ ਆਵਾਜ਼ ਆਈ, ਕੋਈ ਕਲਾਕਾਰੀ ਨਹੀਂ ਹੈ, ਗੁਰੂ ਦੀ ਬਖਸ਼ਿਸ਼ ਹੈ, ਤਪਲੇ ਚੋਂ ਢੱਡ ਦੀ ਆਵਾਜ਼। ਸਾਰੀ ਸੰਗਤ ਗੁਰੂ ਪਿਆਰਿਓ, ਕੋਈ ਰਸਤਾ ਵਾਂਝੀ ਨਾ ਰਹਿ ਜੀ। ਹਮਾਰੇ ਰਾਮ ਕਾ ਦੁੱਖ ਲਗੇ ਨਾ ਪਾਈ, ਰਾਮ ਨਾਮ ਖਤੀਆ ਇਕਾਲੀ ਬਲਾਈ, ਹਰ ਰਾਤ ਲਖਨ ਹਾਰ ਸਭ ਕਾ ਤ੍ਰਿਤਾਈ।